ਬਿੱਟੂ ਜੀ ਅੱਜ ਮੀਟਿੰਗ ਕੀਤੀ ਗਈ ਕੀ ਨਿਕਲਿਆ ਕੱਲ ਇਹ ਰੋਹਿਤ ਜੀ ਜਿਵੇਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਪਾਰਟੀ ਜਾਂ ਸੰਗਠਨ ਆ ਜਿਹੜਾ ਉਹਦੇ ਬਿਨਾਂ ਕੋਈ ਫੈਸਲੇ ਨਹੀਂ ਲਈ ਜਾਂਦੇ ਇਹ ਬਹੁਤ ਚਿਰ ਦੀ ਗੱਲ ਉੱਠ ਰਹੀ ਸੀ ਵੀ ਜਿਹੜੀ ਗਰੰਟੀ ਇੱਕ ਦੇਖੋ ਨਾ ਤੁਸੀਂ ਸਮਝੋ ਕਿਸੇ ਵੀ ਚੀਜ਼ ਮੈਨੀਫੈਸਟੋ ਚ ਲਿਖਣਾ ਅਲੱਗ ਹੁੰਦਾ ਇੱਕ ਮੈਨੀਫੈਸਟੋ ਚ ਗਰੰਟੀ ਲਿਖੀ ਜਾਂਦੀ ਹੈ ਗਰੰਟੀ ਮਤਲਬ ਕੀ ਹੁੰਦਾ ਹੈ ਕੋਈ ਘਰ ਦੀ ਤੁਹਾਡੇ ਚੀਜ਼ ਆ ਆਪਾਂ ਕੋਈ ਚੀਜ਼ ਗੱਡੀ ਖਰੀਦਦੇ ਆ ਫ੍ਰਿਜ ਖਰੀਦਦੇ ਆ ਏਸੀ ਖਰੀਦਦੇ ਆ ਕੋਈ ਮਿਕਸੀ ਕੋਈ ਵੀ ਚੀਜ਼ ਆ ਉਹਦੇ ਉੱਤੇ ਗਰੰਟੀ ਹੁੰਦੀ ਹੈ ਇੱਕ ਵਾਰੰਟੀ ਇੱਕ ਗਰੰਟੀ ਜਦੋਂ ਮਾਰੀ ਜੀ ਵੀ ਉਹ ਚੀਜ਼ ਖਰਾਬ ਹੋ ਜੇ ਤੇ ਆਪਾਂ ਜਾ ਕੇ ਦੁਕਾਨ ਵਾਲੇ ਨੂੰ ਦਿੰਨੇ ਆ ਭਾਈ ਵੀ ਇਹ ਗਰੰਟੀ ਚੀਜ਼ ਸੀ ਉਹਦੇ ਤਾਂ ਨਵਾਂ ਚੀਜ਼ ਮਿਲਦੀ ਹੈ ਇਹਨਾਂ ਨੇ ਗਰੰਟੀ ਦਿੱਤੀ 1000 ਰੁਪਿਆ ਸਾਰੀਆਂ ਮੇਰੀਆਂ ਮਾਮਾ ਤੇ ਮੇਰੀਆਂ ਭੈਣਾਂ ਨੂੰ ਉਹ 1000 ਰੁਪਇਆ ਅੱਜ ਜੇ 2 ਸਾਲ ਤੋਂ ਉੱਤੇ ਹੋ ਗਏ ਤੇ ਟੋਟਲ ਮੈਂ ਸਮਝਦਾ ਉਹ 25000 ਰੁਪਇਆ ਕੱਲੀ-ਕੱਲੀ ਮੇਰੀ ਮਾਂ ਭੈਣ ਦਾ ਜੇ ਘਰ 'ਚ ਇੱਕ ਨੋ ਸਾਸਾ ਤਾਂ ਜੇ ਮਾਂ ਭੈਣ ਬੇਟੀ ਆ ਤਾਂ 50000 ਰੁਪਇਆ ਇੱਕ ਘਰ 'ਚ ਹੁਣ ਤੱਕ ਚਲੇ ਜਾਣਾ ਚਾਹੀਦਾ ਸੀ ਉਹ ਗਰੰਟੀ ਫੇਲ ਹੋ ਗਈ ਕਿ ਉਹਦੇ ਉੱਤੇ ਆਵਾਜ਼ ਨਾ ਠਾਈਏ ਪਰ ਇੱਕ ਮਿੰਟ ਬਹਿਰਮਨੀ ਜੀ ਤੁਸੀਂ ਗਰੰਟੀ ਦੀ ਗੱਲ ਕੀਤੀ ਇਹਦੇ ਵਿੱਚ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਕਿ ਇੱਕ ਮੈਨੀਫੈਸਟੋ ਲਿਖਿਆ ਜਾਂਦਾ ਦੂਜੀ ਗਰੰਟੀ ਦਿੱਤੀ ਜਾਂਦੀ ਹੈ ਇਹਦਾ ਮਤਲਬ ਕਿ ਮੈਨੀਫੈਸਟੋ ਚ ਜੋ ਵੀ ਕਿਹਾ ਜਾਂਦਾ ਉਹ ਸਿਰਫ ਗੱਲਾਂ ਬਾਤੀ ਹੁੰਦੀਆਂ ਵਾ ਉਹ ਪੂਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਲੀਡਰ ਦੀ ਦੇਖੋ ਮੈਨੀਫੈਸਟੋ ਜਿਹੜਾ ਹੁੰਦਾ ਨਾ ਉਹਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਕੋਈ ਲੌਂਗ ਟਰਮ ਚੀਜ਼ਾਂ ਹੁੰਦੀਆਂ ਕੋਈ 5 ਸਾਲ ਚ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਵੀ ਆਹ ਚੀਜ਼ ਕਰਾਂਗੇ ਪਰ ਉਹ ਕਈ ਵਾਰ ਐਸੀਆਂ ਚੀਜ਼ਾਂ ਹੁੰਦੀਆਂ ਜਿਵੇਂ ਉਹ ਹਰ ਪਾਰਟੀ ਜਿਵੇਂ ਰਾਮ ਮੰਦਰ ਦੀ ਗੱਲ ਸੀ ਜਾਂ 370 ਦੀ ਗੱਲ ਸੀ ਬੀਜੇਪੀ ਸ਼ੁਰੂ ਤੋਂ ਲੈ ਕੇ ਆ ਰਹੀ ਸੀ ਹਰੇਕ ਮੈਨੀਫੈਸਟੋ ਚ ਪਰ ਉਹਨੀਆਂ ਕਈ ਵਾਰ ਨੰਬਰ ਨਹੀਂ ਹੁੰਦੇ ਪਾਰਲੀਮੈਂਟ ਚ ਪਾਸ ਕਰਨ ਲਈ ਐ ਹੀ ਉਰੇ ਨੇ ਕਈ ਗੱਲਾਂ ਜਾਂ ਲੀਡਰ ਨੂੰ ਟਾਈਮ ਨਹੀਂ ਹੁੰਦਾ ਜਾਂ ਨਹੀਂ ਕਈ ਗੱਲਾਂ ਐਸੀਆਂ ਹੁੰਦੀਆਂ ਵੀ ਹਰੇਕ ਹਰੇਕ ਪਾਰਟੀ ਇਹ ਬੈਨੀਫੈਸਟੋ ਲਿਖਦੀ ਆ ਵੀ ਚੰਡੀਗੜ੍ਹ ਆ ਜਿਹੜਾ ਉਹ ਅਸੀਂ ਪੰਜਾਬ ਨੂੰ ਦਵਾਵਾਂਗੇ ਪਰ ਅੱਜ ਤੱਕ ਹੋ ਨਹੀਂ ਸਕਿਆ ਇਹ ਚੀਜ਼ਾਂ ਵੀ ਇੱਕ ਪਾਸੇ ਇਹ ਵੱਡੀਆਂ ਚੀਜ਼ਾਂ ਹੁੰਦੀਆਂ ਜਿਹਨੂੰ ਟਾਈਮ ਵੀ ਲੱਗਦਾ ਏ ਇਹ ਵੀ ਮੈਂ ਮੰਨਦਾ ਇੱਕ ਕੁਝ ਚੀਜ਼ਾਂ ਜਿਹੜੀਆਂ ਇਹ ਹੁੰਦੀਆਂ ਜਿਹੜੀਆਂ ਹਰ ਬੰਦੇ ਨਾਲ ਰਿਲੇਟਡ ਹੁੰਦੀਆਂ ਕੱਲੀ-ਕੱਲੀ ਚੀਜ਼ ਆ ਜਿਹੜੀ ਉਹ ਦੇਣੀ ਹੁੰਦੀ ਆ ਹੁਣ ਸ਼ਗਨ ਸਕੀਮ ਕਿਸੇ ਨੂੰ ਨਹੀਂ ਮਿਲੀ 2.5 ਸਾਲ ਤੋਂ ਉਦੋਂ ਬਾਅਦ 2500 ਰੁਪਿਆ ਵੜਾਪਾ ਪੈਨਸ਼ਨ ਕੀਤੀ ਸੀ 2500 ਰੁਪਿਆ ਉਹਦੀ ਵੀ ਗਾਰੰਟੀ ਦਿੱਤੀ ਸੀ ਉਹ ਕਿਸੇ ਨੂੰ ਨਹੀਂ ਮਿਲੇ ਆ ਇਹਦੇ ਉਲਟ ਨੀਲੇ ਕਾਰਡ ਨੇ 2 ਸਾਲ ਤੋਂ 5-5000 ਇੱਕ ਵਿਧਾਨ ਸਭਾ ਚ ਕਾਰਡ ਕੱਟਤਾ ਮਤਲਬ ਸਿੱਧਾ 20-20000 ਬੰਦਾ ਏ ਉਹ ਵਾਂਝਾ ਹੋ ਗਿਆ ਉਹ ਤਾਂ ਆਪਮਾਨ ਦੇ ਆ ਵੀ ਅਸੀਂ ਕੱਟੇ ਉਦੋਂ ਬਾਅਦ 95 ਕਾਉਂਸਲਰ ਨੇ ਆਪਣੇ ਕੱਲੇ ਲੁਧਿਆਣੇ ਦੇ ਐਂ ਸਾਰੇ ਜਗ੍ਹਾ ਵੱਡੇ ਸ਼ਹਿਰਾਂ ਦੇ ਕਾਉਂਸਲਰ ਨੇ ਅੱਜ ਸਾਲ ਤੋਤੇ ਹੋ ਗਿਆ ਇਲੈਕਸ਼ਨ ਹੀ ਨਹੀਂ ਕਰਾਈ ਉਹਦੀ ਉਹ 95 ਦੀਆਂ 95 ਮੋਹਰਾਂ ਇਕੱਠੀਆਂ ਕਰਕੇ ਕਮਿਸ਼ਨਰ ਆਪਣੇ ਦਰਾਜ ਚ ਐਮਐਲਏ ਆਪਣੇ ਦਰਾਜ ਚ ਰੱਖੀ ਬੈਠੇ ਆ ਉਦੋਂ ਬਾਅਦ ਐਨਓਸੀ ਦੀ ਗੱਲ ਕੀਤੀ ਸੀ ਟਵੀਟ ਵੀ ਆ ਗਿਆ ਇੱਕ ਨੋਟੀਫਿਕੇਸ਼ਨ ਹੈ ਇੱਕ ਵੀ ਐਨਓਸੀ ਆ ਜਿਹੜੀ ਉਹ ਨਹੀਂ ਹੋ ਰਹੀ ਇੱਕ ਵੀ ਮੀਟਰ ਜਿਹੜਾ ਉਹ ਨਹੀਂ ਲੱਗ ਰਿਹਾ ਉਲਟਾ ਹੋ ਕੀ ਰਿਹਾ ਥੱਲੇ ਬੀਡੀਓ ਡੀ ਬੀ ਡੀ ਪੀਓ ਜਾਂ ਜਿੰਨੇ ਵੀ ਤਹਿਸੀਲਦਾਰ ਜਾਂ ਪਟਵਾਰੀ ਅੱਧੇ ਤਾਂ ਪਟਵਾਰੀਆਂ ਨਾਲ ਐਸਾ ਰੌਲਾ ਪਿਆ ਵੀ ਜਿਹੜੇ ਪਟਵਾਰੀ ਨੇ ਉਹ ਪਹਿਲੀ ਗੱਲ ਹੈ ਹੀ ਨਹੀਂਗੇ ਥੱਲੇ ਇੱਕ ਪਟਵਾਰੀ ਆ ਜਿਹੜਾ ਉਹਨੂੰ 10-10 ਜ਼ੋਨ ਦਿੱਤੇ ਹੋਏ ਆ ਉਹ ਵੀ ਨਹੀਂ ਪਹੁੰਚ ਸਕਦਾ ਜਿਹੜੇ ਵੀਡੀਓ ਨੇ ਉਹ ਲੁਧਿਆਣੇ ਚ ਜੇ ਮੈਂ ਗੱਲ ਕਰਾਂ ਇੱਕ ਕੱਲਾ ਵੀਡੀਓ ਬਾਕੀ ਸਾਰੇ ਲੁਧਿਆਣਾ ਖਾਲੀ ਪਿਆ ਏ ਇਹ ਸਾਰੀਆਂ ਚੀਜ਼ਾਂ ਲੈ ਕੇ ਭਾਈ ਮਸ਼ੀਨਾਂ ਖਰੀਦ ਲੀਆਂ ਫੁੱਟਪਾਥ ਜਿਹੜੇ ਆ ਭਰਨ ਲਈ ਕੀ ਹੁੰਦੇ ਆਹਾ ਪੈਚ ਕਰਨ ਲਈ ਉਹ ਮਸ਼ੀਨ ਹੀ ਇੱਕ ਜਿਹੜੀ 2-2 ਕਰੋੜ ਤੋਂ ਉੱਤੇ ਦੀ ਮਸ਼ੀਨ ਆ ਉਹ ਸਮਾਰਟ ਸਿਟੀ ਚੋਂ ਪੈਸੇ ਆ ਗਏ ਪੈਚ ਪੈਚ ਵੀ ਨਹੀਂ ਲੱਗ ਰਹੇ ਪੈਚ ਵਾਲੀ ਮਸ਼ੀਨ ਵੀ ਕਿਤੇ ਨਹੀਂ ਇਹਨਾਂ ਦੀ ਦਿਖਦੀ ਚਲੋ ਮੈਂ ਕਹਾਂ ਜੇ ਸੜਕ ਤਾਂ ਨਮੀ ਨਹੀਂ ਬਣਾਉਣੀ ਪੈਚ ਹੀ ਲਾ ਲਓ ਇਹ ਤਾਂ ਪੈਚ ਵੀ ਨਹੀਂ ਲੱਗੇ ਐਮਐਲਏ ਦੀ ਆਪ ਦੇ ਘਰ ਦੇ ਮੂਹਰੇ ਬੋਰਡਾਂ ਚ ਸੜਕਾਂ ਜਿਹੜੀਆਂ ਉਹ ਪੱਟੀਆਂ ਗਈਆਂ ਫੇਰ ਹੋਰ ਸੁਣ ਲੋ 650 ਕਰੋੜ ਰੁਪਏ ਬੁੱਢੇ ਦਰਿਆਲ ਹੀ ਲਿਆਂਦਾ ਉਹਦੇ ਵਿੱਚੋਂ 14 ਕਰੋੜ ਦੀ ਤੁਹਾਡੇ ਮੂਹਰੇ ਫੈਂਸਿੰਗ ਲੱਗੀ 14 ਦੇ 14 ਕਰੋੜ ਦੀ ਫੈਂਸਿੰਗ ਤੋੜਤੀ ਉਹਦਾ ਜ਼ਿੰਮੇਵਾਰ ਕੌਣ ਆ ਜੀ ਕੌਣ ਉਹਦੀ ਉਹਦੀ ਗੱਲ ਕਰੂਗਾ ਓਦੋਂ ਬਾਅਦ ਗੈਂਗਸਟਰ ਮੈਂ ਤੁਹਾਡੇ ਚੈਨਲ ਤੇ ਹੀ ਦਿਖਾਉਂਦੇ ਆ ਨਾ ਸਵੇਰੇ ਉੱਠਦੇ ਬਾਅਦ ਚ ਰੋਜ਼ ਅਜ ਤਰਨ ਤਰਨ ਚ ਹੋ ਗਈ ਜੀ ਕੱਲ ਲੁਧਿਆਣੇ ਚ ਹੋਈ ਸੀ ਥੋੜੀ ਉਹ ਖਬਰ ਆਉਂਦੀ ਆ ਹਮੇਸ਼ਾ ਲੁਧਿਆਣੇ ਸਭ ਤੋਂ ਪਹਿਲਾਂ ਜਦੋਂ ਕੋਈ ਗੱਲ ਹੋ ਜਾਂਦੀ ਆ ਓਦੋਂ ਬਾਅਦ ਕਿਸਾਨਾਂ ਦੀ ਗੱਲ ਕਰ ਲਈਏ ਸ਼ੁਭਕਰ ਉਹਦੇ ਵਿਚਾਰੇ ਦੇ ਐਜੀਟੇਸ਼ਨ ਚ ਸਿੱਧੀ ਗੋਲੀ ਵੱਜੀ ਆ ਉਹਦੇ ਉੱਤੇ ਜ਼ੀਰੋ ਪਰਚਾ ਮਤਲਬ ਕਹਿਣ ਦਾ ਕੀ ਆ ਸਰਕਾਰ ਜ਼ੀਰੋ ਸਰਕਾਰ ਜ਼ੀਰੋ ਇਨਾਂ ਦੇ ਜਿਹੜੇ ਲੀਡਰ ਨੇ ਉਹ ਜ਼ੀਰੋ ਤੇ ਪਰਚਾ ਜ਼ੀਰੋ ਇਸ ਕਰਕੇ ਕੁੱਲ ਮਿਲਾ ਕੇ ਸਾਰੇ ਹੀ ਇਹ ਜ਼ੀਰੋ ਨੇ ਉਹਨਾਂ ਆਵਾਜ਼ ਨੂੰ ਲੋਕਤੰਤਰ ਚ ਡੈਮੋਕ੍ਰੇਸੀ ਚ ਰੋਜੀ ਸਾਰਿਆਂ ਕੋਲ ਅਧਿਕਾਰ ਆ ਥੋੜੇ ਮੂਰੇ ਅਸੀਂ ਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਕਿੰਨੀ ਵਾਰ ਇਹੀ ਕਾਰਪੋਰੇਸ਼ਨ ਚ ਐਜੀਟੇਸ਼ਨ ਕਰਨ ਗਏ ਆ ਕਿੰਨੀ ਵਾਰ ਡੀਸੀ ਦਫਤਰ ਐਜੀਟੇਸ਼ਨ ਕਰਨ ਗਏ ਆ ਪਹਿਲਾਂ ਸਰਕਾਰ ਕਾਂਗਰਸ ਦੀ ਕਿੰਨੇ ਧਰਨੇ ਲੱਗਦੇ ਸੀ ਕਿਸਾਨਾਂ ਦੇ ਲੱਗੇ ਕਿੰਨੇ ਐਜੀਟੇਸ਼ਨ ਹੋਏ ਕਦੇ ਕਿਸੇ ਦੇ ਉੱਤੇ ਐਫਆਈਆ ਨਾ ਦਰਜ ਕੀਤੀਆਂ ਪਰ ਇਹ ਸਰਕਾਰ ਕੀ ਸੋਚਦੀ ਆ ਵੀ ਇੱਕ ਵਿਜੀਲੈਂਸ ਜਿਹਦੇ ਲੀਡਰ ਦੇ ਜੀ ਕਰਦਾ ਉਹਦੇ ਵਿਜੀਲੈਂਸ ਦੀ ਰੇਡ ਮਾਰ ਕੇ ਉਹਨੂੰ ਚੁੱਪ ਕਰਾ ਦੋ ਜੇ ਕੋਈ ਵਰਕਰ ਉੱਠਦਾ ਹੈ ਉਹਦੇ ਉੱਤੇ ਪਰਚਾ ਦਰਜ ਕਰਾ ਦੋ ਉਹਨੂੰ ਡਰਾ ਦੋ ਜੇ ਨਹੀਂ ਕਿਸੇ ਦਾ ਡਿੱਪੂ ਹੈ ਜੇ ਕਿਸੇ ਕੋਲ ਵਿਚਾਰੇ ਦਾ ਡਿੱਪੂ ਦਾ ਲਾਇਸੈਂਸ ਕੱਟ ਦੋ ਕਿਸੇ ਦੇ ਕੋਲ ਕੋਈ ਹੋਰ ਕੋਈ ਕੰਮ ਆ ਉਹਦਾ ਉਹ ਕੰਮ ਰੋਕ ਦੋ ਉਹ ਸਾਰੀਆਂ ਗੱਲਾਂ ਇੱਕ ਰੋਜ਼ ਸੀ ਸੈਂਕੜੇ ਦੀ ਗਿਣਤੀ ਚ ਲੋਕ ਕਾਰਪੋਰੇਸ਼ਨ ਦੇ ਦਫ਼ਤਰ ਗਏ ਤੇ ਦਫ਼ਤਰ ਤੁਸੀਂ ਆਪ ਚੈਨਲ ਤੇ ਦਿਖਾਇਓ ਤੁਹਾਡੇ ਬਣੀਆਂ ਹੋਈਆਂ ਉਹ ਤਾਂ ਭੜੂਏ ਪਹਿਲਾਂ ਹੀ ਤਾਲੇ ਲਾਈ ਬੈਠੇ ਅੰਦਰੋਂ ਅੰਦਰੋਂ ਤਾਲੇ ਲੱਗਿਆ ਸੀ ਤਾਂ ਤਾਲਾ ਲਾਉਣਾ ਹੀ ਕੀ ਆ ਉਹ ਅੰਦਰੋਂ ਬੜੇ ਤੋਂ ਬੜੇ ਉਹ ਤਾਲੇ ਲਾਈ ਬੈਠੇ ਆ ਉਦੋਂ ਬਾਅਦ ਜਦੋਂ ਚਲੇ ਗਏ ਅਸੀਂ ਕਿਹਾ ਵੀ ਨਾ ਵਰਕਰ ਆਪਾਂ ਨਾਲ ਪਿੱਛੇ ਰਹੁ ਲੀਡਰ ਮੂਰੇ ਜਾਣਗੇ ਉਹਨਾਂ ਤੇ ਪਰਚੇ ਹੋਊ ਅਸੀਂ ਤਾਂ ਕਿਉਂਕਿ ਸਾਰੇ ਹਜੇ মিডিਆ ਨਾਲ ਗੱਲ ਕਰ ਰਹੇ ਆ ਪਿੱਛੋਂ ਐ ਆਇਆ ਜਿਵੇਂ ਅਮਰੀਸ਼ਪੂਰੀ ਕਿਸੇ ਡਾਉਣ ਨਹੀਂ ਹੁੰਦਾ ਫਿਲਮ ਦਾ ਕੋਈ ਅਮਜ਼ਦ ਖਾਨ ਜਾਂ ਜਿਹੜੇ ਜਿਹੜੇ ਵਿਲਨ ਹੁੰਦੇ ਆ ਉਸ ਤਰੀਕੇ ਨਾਲ ਉਹ ਕਟਰ ਲੈ ਕੇ ਆ ਰਹੇ ਆ ਚੰਗਿਆਰੀਆਂ ਮਾਰਦਾ ਅੱਗ ਕੱਢਦਾ ਪਹਿਲਾਂ ਤਾਂ ਉਹਨੇ ਆਪਣੇ ਨਾਲ ਦੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹੀ ਪਰੇ ਹਟੇ ਉੱਥੇ ਇੱਕ ਆਈਪੀਐਸ ਆਫੀਸਰ ਵੀ ਸੀ ਉਹ ਵੀ ਪਰੇ ਹਟੀ ਉਹਨਾਂ ਦੇ ਉਹਨਾਂ ਨੇ ਅੱਖਾਂ-ਅੱਖਾਂ 'ਚ ਪਾ ਦੇਣਾ ਸੀ ਜਦੋਂ ਅਸੀਂ ਮੁੜ ਕੇ ਦੇਖਿਆ ਤੇ ਉਹ ਕਟਰ ਲੈ ਕੇ ਆਉਂਦਾ ਅਸੀਂ ਵੀ ਪਿੱਛੇ ਹਟੇ ਉਹ ਚੰਗਿਆਰੇ ਆ ਜਿਹੜੇ ਸਾਡੇ ਉਹ ਸਾਰੇ ਹੱਥਾਂ ਤੇ ਪਏ ਸੰਜੇ ਤਰਵਾਰ ਦੇ ਮੇਰੇ ਵੀ ਚੰਗਿਆਰੇ ਪਏ ਤੇ ਉਹ ਚਲੋ ਅਸੀਂ ਹੱਥ ਧਰੇ ਹੋਏ ਜੇ ਹੱਥ ਨਾ ਚੱਕ ਦੇ ਉਹ ਉਹ ਜਿਹੜਾ ਸ਼ਟਰ ਸੀਗਾ ਨਾ ਹੱਥ ਚੱਕ ਦੇ ਤਾਂ ਉਹ ਕਟਰ ਨਾਲ ਹੁਣ ਮਸ਼ੀਨਾ ਨਾਲ ਉਹਨੇ ਹੱਥੀ ਵੱਢ ਦੇਣੇ ਸੀ ਉਹ ਤਾਂ ਇੱਕ ਸਿਆਣਾ ਕਨਸਟੇਬਲ ਸੀਗਾ ਕਨਸਟੇਬਲ ਨਹੀਂ ਹੌਲਦਾਰ ਸੀਗਾ ਸਿਆਣਾ ਜਿਹਨੇ ਕਿਹਾ ਏ ਕੰਮ ਤੂੰ ਆ ਕੀ ਕਰਨ ਲੱਗਿਆ ਹੋਇਆ ਉਹਨੇ ਉਹਨੂੰ ਰੋਕਿਆ ਤੇ ਫਿਰ ਜਦੋਂ ਅਸੀਂ ਕਿਹਾ ਮੀਡੀਆ ਵਾਲਿਆਂ ਨੂੰ ਕਿਹਾ ਵੀ ਦਿਖਾਓ ਇਹਦੀ ਫੋਟੋ ਵੀ ਆਹ ਕੰਮ ਕਰ ਰਿਹਾ ਫਿਰ ਉਹ ਭੱਜਿਆ ਉੱਥੋਂ ਉਹਦੇ ਉੱਤੇ ਅਸੀਂ ਕੁਝ ਨਹੀਂ ਕਰਾਉਣਾ ਜਿਵੇਂ ਤੁਸੀਂ ਕਿਹਾ ਉਹ ਵੀ ਲੁਧਿਆਣੇ ਦਾ ਇੱਕ ਆਮ ਕੋਈ ਉਹ ਵਿਚਾਰਾ ਨੌਕਰੀ ਕਰਨ ਵਾਲਾ ਮੁਲਾਜ਼ਮ ਹੋਵੇਗਾ ਪਰ ਅਸੀਂ 5 ਤਰੀਕ ਨੂੰ ਉਹਦਾ ਕਮਿਸ਼ਨਰ ਸਾਹਿਬ ਤੇ 6 ਐਮਐਲਿਆਂ ਤੇ ਵੀ ਉਹਦੇ ਪਿੱਛੇ ਕੌਣ ਸੀ ਕੀ ਨਹੀਂ ਉਹਨੂੰ ਕਟਰ ਦੇ ਕੇ ਭੇਜਿਆ ਕਦੇ ਇਹ ਜੀ ਗੱਲ ਸੋਚੀ ਵੀ ਨਹੀਂ ਗਈ ਧਰਨਾ ਕਰਦੇ ਆ ਯਾਰ ਤਾਲੇ ਲਾਤਾ ਸੰਗੜ ਲਾਤਾ ਸਰਕਾਰ 2 ਮਿੰਟ ਚ ਤੋੜ ਕੇ ਆਪਣਾ ਇਹ ਤਾਂ ਐਜੀਟੇਸ਼ਨ ਦਾ ਇੱਕ ਤਰੀਕਾ ਹੈ ਆਪਾਂ ਹਰ ਜਗ੍ਹਾ ਕਿਸੇ ਸਾਡੇ 100 ਵਾਰੀ ਸਰਕਾਰ ਸੀ ਸਰ ਥੋੜੇ ਕਹਿਣਾ ਮਤਲਬ ਕਿ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਓ ਔਰ ਪਰਚਾ ਵੀ ਨਾ ਹੋਵੇ ਮੈਂ ਕਹਿੰਦਾ ਪਰਚਾ ਜਾਂ ਤਾਂ ਇਹਦਾ ਮਤਲਬ ਲੋਕਤੰਤਰ ਖਤਮ ਹੋ ਗਿਆ ਡੈਮੋਕ੍ਰੇਸੀ ਖਤਮ ਹੋ ਗਈ ਤੁਸੀਂ ਕਿਤੇ ਵੀ ਤਾਂ ਇਹੀ ਤਾਂ ਤੁਹਾਡਾ ਹਾਲ ਹੋ ਰਿਹਾ ਨਾ ਤੁਸੀਂ ਤਾਂ ਫਿਰ ਇਹੀ ਜਿਹੜੇ ਕਿਸਾਨ ਬੈਠੇ ਆ ਉਹਨਾਂ ਤੇ ਵੀ ਗੋਲੀਆਂ ਮਰਵਾ ਰਹੇ ਹੋ ਵਿਗਦਾ ਤੁਹਾਡੇ ਕੋਲ ਹੱਕ ਨਹੀਂਗਾ ਜੇ ਕੋਈ ਕੋਈ ਟੀਚਰ ਨੇ ਜਿਨ੍ਹਾਂ ਦਾ ਵਾਅਦਾ ਕੀਤਾ ਹੋਇਆ ਜਾਂ ਟੀਚਰ ਬੇਰੋਜ਼ਗਾਰ ਨੇ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ ਕਾਰਪੋਰੇਸ਼ਨ ਕਾਰਪੋਰੇਸ਼ਨ ਤਿੰਨ ਤਿੰਨ ਮਹੀਨੇ ਤਾਂ ਹੋ ਗਏ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਉਹਨਾਂ ਖਾਤਰ ਕੋਈ ਤਾਂ ਆਵਾਜ਼ ਉਠਾਊਗਾ ਤੇ ਅਸੀਂ ਇਲੈਕਟਿਡ ਲੋਕਾਂ ਹਾਂ ਅਸੀਂ ਕਿਹੜਾ ਕੋਈ ਕੋਈ ਕਿਤੇ ਐਵੇਂ ਹੀ ਉੱਠ ਕੇ ਆਗੇ ਸਰ ਪ੍ਰਦਰਸ਼ਨ ਕਰਨਾ ਮੈਂ ਤੁਹਾਡਾ ਹੱਕ ਹੈ ਪ੍ਰਦਰਸ਼ਨ ਕਰ ਸਕਦੇ ਹੋ ਰਾਈਟਸ ਆ ਤੁਹਾਡੇ ਕੋਲ ਪਰ ਕਿਸੇ ਅਦਾਰੇ ਨੂੰ ਜਾਂ ਕਿਸੇ ਵਿਭਾਗ ਨੂੰ ਤਾਲਾ ਲਗਾਣਾ ਕਿ ਇਹ ਹੱਕ ਹੈਗਾ ਤੁਹਾਡੇ ਕੋਲ ਚਲੋ ਉਹਨਾਂ ਨੇ ਪਰਚਾ ਜਿਹੜਾ ਕੀਤਾ ਏ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਵੀ ਇੱਕ ਮੁਲਾਜ਼ਮ ਦਾ ਨਾਮ ਲਿਖਿਆ ਏ ਐਫ ਆਈ ਆਰ ਚ ਤੁਸੀਂ ਉਹ ਵੀ ਦਿਖਾ ਦਿਓ ਵੀ ਮੁਲਾਜ਼ਮ ਨੂੰ ਇਹਨਾਂ ਨੇ ਉਹਦੇ ਨਾਲ ਧੱਕਾ ਮੁਕੀ ਕੀਤੀ ਉਹਦੀ ਵਰਦੀ ਪਾੜੀ ਹੁਣ ਉਹ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਸਾਰੇ ਕੈਮਰੇ ਚੱਲ ਰਹੇ ਸੀ ਤੁਹਾਡੇ ਜੇ ਕੋਈ ਵੀ ਕਾਰਪੋਰੇਸ਼ਨ ਦਾ ਮੁਲਾਜ਼ਮ ਹੋਵੇ ਜੇ ਉਹ ਜਿਹੜਾ ਬੰਦੇ ਨੇ ਐਫ ਆਈ ਆਰ ਦਰਜ ਕੀਤੀ ਆ ਇੱਕ ਵੀ ਕਿਤੇ ਮੈਨੂੰ ਦਿਖਾ ਦਿਓ ਲਾਈਵ ਤੁਹਾਡੇ ਚੈਨਲ ਚੱਲਦੇ ਰਹੇ ਆ ਕੈਮਰਾਮੈਨ ਫੋਟੋ ਖਿੱਚਦੇ ਰਹੇ ਆ ਤੁਸੀਂ ਉਹ ਬੰਦੇ ਨੂੰ ਜਿਹੜਾ ਏ ਉਹਦੀ ਪਿਕਚਰ ਲਿਆਓ ਉਹਦੀ ਫੋਟੋ ਲਿਆਓ ਵੀ ਉਸ ਵੇਲੇ ਕਿਤੇ ਵੀ ਉਹ ਜੇ ਮੌਜੂਦ ਸੀ ਜਦੋਂ ਕਿਸੇ ਨੇ ਇਹਨਾਂ ਨੇ ਕਿਹਾ ਵੀ ਭਾਈ ਕੋਈ ਨਾ ਕੋਈ ਬੰਦਾ ਜਿਹੜਾ ਏ ਉਹ ਸਾਨੂੰ ਦੋ ਕਾਰਪੋਰੇਸ਼ਨ ਵਾਲਿਆਂ ਨੂੰ ਇਹ ਹੁਕਮ ਹੋਇਆ ਐ ਐਮਐਲਿਆਂ ਦਾ ਜਦੋਂ ਕੋਈ ਨਾਂ ਲੱਭਿਆ ਫਿਰ ਇਹ ਅਫਸਰ ਆਫੀਸਰਾਂ ਨੂੰ ਕਿਹਾ ਕੋਈ ਆਫੀਸਰ ਅੱਗੇ ਨਹੀਂ ਆਇਆ ਫਿਰ ਇਹਨਾਂ ਨੇ ਖਾਸ ਤੌਰ ਤੇ ਇੱਕ ਇਹ ਜਿਹੜਾ ਇਹ ਉਹ ਲੱਭਿਆ ਬਹੁਤ ਮਿਹਨਤ ਨਾਲ ਮੈਂ ਉਹਦਾ ਨਾਮ ਨਹੀਂ ਹੁਣ ਵੀ ਕਿਹਨੇ ਲੱਭਿਆ ਕਿਹਨੇ ਨਹੀਂ ਉਹਦੀ ਉਹਨਾਂ ਦੀ ਗੱਲਾਂ ਵੀ ਬਾਅਦ ਚ ਕਰਾਂਗੇ ਕਿਉਂਕਿ ਇਹ ਸਾਰੀਆਂ ਗੱਲਾਂ ਨਿਵੇੜੀਆਂ ਜਾਂਦੀਆਂ ਹੁੰਦੀਆਂ ਆ ਮੈਂ ਤੁਹਾਨੂੰ ਉਹਦਾ ਨਾਮ ਪੜਾਉਣਾ ਜਿਹੜਾ ਉਹਦਾ ਨਾਮ ਦਿੱਤਾ ਇਹਨਾਂ ਨੇ ਉਹਦਾ ਸਾਡੇ ਤਾਂ ਕੋਈ ਦੂਰ ਨੇੜੇ ਉਹ ਉੱਥੇ ਹੈ ਹੀ ਨਹੀਂ ਸੀ ਕਿਤੇ ਕਿਉਂ ਕਿਉਂ ਉਹਦਾ ਕਿਸ ਲਈ ਉਹਦਾ ਨਾਮ ਦਿੱਤਾ ਇਹ ਲਿਖਾਇਆ ਜੀ ਮਦਈ ਅਮਿਤ ਕੁਮਾਰ ਪੁੱਤਰ ਤਿਲਕਰਾਜ ਨੇ ਬਿਆਨ ਕੀਤਾ ਵੀ ਇਹ ਹੁਣ ਅਮਿਤ ਕੁਮਾਰ ਤੁਸੀਂ ਮੈਨੂੰ ਉੱਥੇ ਦਿਖਾ ਦਿਓ ਵੀ ਗੇਟ ਦੇ ਕੋਈ ਪਹਿਲਾਂ ਸੀਗਾ ਗੇਟ ਦੇ ਕੋਈ ਪਿੱਛੇ ਸੀ ਕਿਸੇ ਨਾਲ ਹੱਥ ਟੱਚ ਵੀ ਨਹੀਂ ਕੀਤਾ ਕਿਸੇ ਨੂੰ ਉਹ ਤਾਂ ਬਹੁਤ ਦੂਰ ਦੀ ਗੱਲ ਆ ਉਹ ਮੁਲਾਜ਼ਮ ਨੂੰ ਹੀ ਪੁੱਛ ਲਿਓ ਲੱਭ ਕੇ ਉਹਨੂੰ ਪੁੱਛਿਓ ਵੀ ਤੈਨੂੰ ਭਾਈ ਕਿਹਨੇ ਤੇਰੀ ਵਰਦੀ ਪਾੜੀ ਤੇ ਤੇਰੇ ਨਾਲ ਕਿਹਨੇ ਧੱਕਾ ਕੀਤਾ ਚਲੋ ਉਹ ਹੋ ਗਿਆ ਛਲਾਂਗ ਮਾਰਦੇ ਤੁਹਾਨੂੰ ਵੀ ਦੇਖਿਆ ਸਾਰਿਆਂ ਨੇ ਵੀਡੀਓ ਬਣੀ ਹੋਈ ਹੈ ਬਕਾਇਦਾ ਤੁਸੀਂ ਛਲਾਂਗ ਮਾਰੀ ਹੈ ਪੁਲਿਸ ਅਫਸਰਾਂ ਦੇ ਉੱਤੇ ਮਾਰੀ ਹੈ ਛਲਾਂਗ ਮੈਂ ਕਿਹਾ ਜੀ ਮੈਂ ਜੋ ਮੈਂ ਕਦ ਕਹਿੰਦਾ ਵੀ ਨਹੀਂ ਕੀਤਾ ਮੈਂ ਇਹ ਕਹਿਣਾ ਵੀ ਕਿਹਦੇ ਵਰਦੀ ਪਾੜੀ ਕਿਹਦੇ ਨਾਲ ਧੱਕਾ ਮੁਕੀ ਹੋਈ ਉਹ ਮੈਨੂੰ ਦੱਸੋ ਚਲੋ ਠੀਕ ਆ ਪਰਚਾ ਦਰਜ ਹੋ ਗਿਆ ਤੁਸੀਂ ਅੱਗੇ ਗੱਲ ਕਰ ਰਹੇ ਸੀ ਮੀਟਿੰਗ ਬਾਰੇ ਕੀ ਕਹਿੰਦੇ ਸੀ ਤੁਸੀਂ ਮੀਟਿੰਗ ਹੋਈ ਆ ਸਰ ਮੀਟਿੰਗ ਜ ਅੱਜ ਕਿਉਂਕਿ ਇਹ ਸਾਰਾ ਵਾਕਿਆ ਤਾਂ ਲੋਕਾਂ ਨੇ ਦੇਖਿਆ ਵੀ ਹੈ ਤੁਹਾਡੇ ਰੂਬਰੂ ਹੋ ਕੇ ਤੁਹਾਡੇ ਤੋਂ ਸੁਣਿਆ ਵੀ ਹੈ ਠੀਕ ਹੈ ਪਰ ਹੁਣ ਮੀਟਿੰਗ ਹੋਈ ਆ ਮੀਟਿੰਗ ਜ ਅਗਲੀ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਆ ਉਹ ਜੀ ਗੱਲ ਇਹ ਆ ਬਈ ਅਸੀਂ ਤਾਂ ਲੋਕਾਂ ਲਈ ਕੀਤਾ ਨਾ ਮੈਂ ਕਿਹੜਾ ਕੋਈ ਜੇ ਕੋਈ ਵੀ ਆਪਣੀ ਕੋਈ ਜ਼ਮੀਨ ਲੈਣ ਗਿਆ ਸੀ ਜਾਂ ਆਪਣੇ ਲਈ ਕੋਈ ਅਸੀਂ ਕੋਈ ਜਿਹੜਾ ਇਹ ਉਹ ਕੋਈ ਕਬਜ਼ਾ ਲੈਣ ਗਏ ਸੀ ਅਸੀਂ ਤਾਂ ਸਿਰਫ ਸਾਰੇ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਉਠਾਉਣ ਗਈ ਸੀ ਜੀ ਸਦਕੇ ਇਹ ਤਾਂ ਤਗਮੇ ਹੁੰਦੇ ਆ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਸੰਘਰਸ਼ ਲਈ ਵੀ ਭਾਈ ਸਿਟੀ ਬੱਸਾਂ ਚੋਰੀ ਕਰਕੇ ਲੈ ਗਏ ਐਮ ਐਲ ਏ ਉਦੋਂ ਮੈਂ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਕਮਿਸ਼ਨਰ ਦਾ ਅੱਜ ਤੱਕ ਜਵਾਬ ਨਹੀਂ ਆਇਆ ਵੀ ਉਹ ਬੱਸਾਂ ਭਾਈ ਕਿੱਥੇ ਚਲੀਆਂ ਗਈਆਂ ਕੌਣ ਲੈ ਗਿਆ ਕੌਣ ਉਹਨੂੰ ਮੋਡੀਫਾਈ ਕਰਕੇ ਵਰਤ ਰਿਹਾ ਕਿਵੇਂ ਵਰਤ ਰਿਹਾ ਉਹ ਕਿਸ ਲਈ ਬੱਸਾਂ ਸੀਗੀਆਂ ਅੱਜ ਤੱਕ ਕੋਈ ਜਵਾਬ ਨਹੀਂ ਕਿਸ ਤਰੀਕੇ ਨਾਲ ਆ ਮੈਂਟਨ ਹਾਲ ਸੀ ਕਿਸ ਤਰੀਕੇ ਨਾਲ ਉਹ ਪਟਿਆ ਗਿਆ ਉਹਦਾ ਹਾਲ ਕੋਈ ਹੈ ਮੈਂ ਕਹਿ ਕਹਿ ਤੱਕ ਗਿਆ ਵੀ ਭਾਈ ਅੱਜ ਕਿੰਨਾ ਚਿਰ ਹੋ ਗਿਆ ਬਾਸਕਟਬਾਲ ਅਸੀਂ ਮੇਰੇ 스마트 ਸਿਟੀ ਚੋਂ ਚੋਂ ਪੈਸੇ ਦਿੱਤੇ ਅੱਜ ਤੱਕ ਉਸ ਜਿਹੜਾ ਬਾਸਕਟਬਾਲ ਦਾ ਉਹ ਨੈਸ਼ਨਲ ਗੇਮਸ ਮੀਨਿੰਗ ਜਾਂ ਉਹ ਕੰਪਲੀਟ ਨਹੀਂ ਕੀਤਾ ਉਰੇ ਹੀ ਹੋਈਆਂ ਸੀ ਨੈਸ਼ਨਲ ਤੁਸੀਂ ਦੇਖੀਆਂ ਇਹੀ ਇਹ ਮੁੱਦੇ ਨੇ ਤੇ ਦੂਜੀ ਗੱਲ ਅਸੀਂ ਸਾਰੇ ਵਰਕਰ ਨੂੰ ਆਮ ਉਹਨਾਂ ਨੂੰ ਪਹਿਲਾਂ ਕਿਹਾ ਵੀ ਤੁਸੀਂ ਆਮ ਲੋਕਾਂ ਨੂੰ ਪੁੱਛੋ ਵੀ ਕੀ ਕਰਨਾ ਚਾਹੀਦਾ ਤੇ ਅੱਜ ਸਾਡੇ ਸਾਰੇ ਲੀਡਰਸ਼ਿਪ ਜੀ ਤੋਂ 100 200 ਲੋਕ ਅੱਜ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਇਹ ਸੁਝਾਅ ਦਿੱਤਾ ਵੀ ਇਹ ਐਫਆਈਆਰ ਤੁਹਾਡੇ ਤੇ ਜਾਂ 60 ਜਾਣਿਆਂ ਤੇ ਨਹੀਂ ਹੋਈ। ਇਹ ਐਫਆਈਆਰ ਸੈਂਕੜੇ ਤੇ ਹਜ਼ਾਰਾਂ ਵਰਕਰ ਜਿਹੜਾ ਇਹ ਉਤੇ ਹੋਈ ਆ। ਅਸੀਂ 5 ਤਰੀਕ ਨੂੰ 5 ਤਰੀਕ ਨੂੰ ਟਿਊਸਡੇ ਨੂੰ 12 ਵਜੇ ਡੀਸੀ ਦਫ਼ਤਰ ਹਰ ਬੰਦਾ ਆਪਣੇ ਨਾਲ ਲੈ ਕੇ ਜਾਊਗਾ ਵੀ ਭਾਈ ਮੇਰੇ ਤੇ ਐਫਆਈਆਰ ਕਰੋ ਮੇਰੇ ਤੇ ਐਫਆਈਆਰ ਕਰੋ ਲੋਕਾਂ ਦੇ ਲਈ ਲੋਕ ਕਤਕਤੀਆਂ ਲੈ ਕੇ ਹੁਣ ਦੇਖਾਂਗੇ ਹੁਣ ਅਸੀਂ ਪੰਜ ਨੂੰ ਦੇਖਾਂਗੇ ਵੀ ਆਮ ਆਦਮੀ ਸਰਕਾਰ ਚ ਕਿੰਨੀ ਕੁ ਜਾਨ ਆ ਕਿੰਨੀ ਕੁ ਤਾਕਤ ਆ ਕਿੰਨੇ ਹਜ਼ਾਰ ਬੰਦਿਆਂ ਨੂੰ ਇਹ ਆਪਣੀਆਂ ਬੱਸਾਂ ਚ ਬਿਠਾ ਕੇ ਕਿੰਨੇ ਆਕ ਨੂੰ ਇਹ ਜੇਲ੍ਹਾਂ ਚ ਲਿਜਾ ਸਕਦੇ ਆ ਕਿੰਨਿਆਂ ਨੂੰ ਇਹ ਜੇਲ੍ਹਾਂ ਚ ਰੱਖ ਸਕਦੇ ਆ ਤੁਹਾਡੇ ਕੰਨ ਮੇਗੇ ਖੁੱਦਾ ਖੁੱਲਾ ਚੈਲੰਜ ਆ ਅਸੀਂ ਇਹ ਹੋਰ ਅਸੀਂ ਕੋਈ ਕ੍ਰਾਈਮ ਕੀਤਾ ਵੀ ਭੱਜ ਜੀਏ ਅਸੀਂ ਲੁਕ ਜੀਏ ਅੱਜ ਵੀ ਖੜੇ ਆ ਅੱਜ ਫੜਨਾ ਅੱਜ ਫੜ ਲਓ 5 ਤਰੀਕ ਨੂੰ ਅਸੀਂ ਆਪ ਗ੍ਰਿਫਤਾਰੀ ਦੇਣ ਆਵਾਂਗੇ ਵੀ ਲੋਕਾਂ ਦੇ ਸੰਘਰਸ਼ ਕਰਨ ਚ ਜੇ ਤੁਸੀਂ ਐਂ ਦੱਬਣ ਦੱਬਣ ਦੀ ਕੋਸ਼ਿਸ਼ ਕਰੋਗੇ ਇਹ ਹੋਰ ਦੁੱਗਣਾ ਤਿੱਗਣਾ ਹੋਊਗਾ ਤੇ ਜਿੱਦਣ ਬਾਹਰ ਆਗੇ ਜਿੱਦਣ ਬਾਹਰ ਆਗੇ ਉਦੋਂ ਆ ਨਵਾਂ ਦਫ਼ਤਰ ਘੇਰਾਂਗੇ ਕਿਉਂਕਿ ਉਹ ਦਫ਼ਤਰ ਲੋਕਾਂ ਲਈ ਬਣੇ ਹੋਏ ਆ ਤੁਸੀਂ ਲੁੱਟਮਚਾਰਿਓ ਉਹ ਦਫ਼ਤਰਾਂ ਦੇ ਵਿੱਚ ਤੁਸੀਂ ਉਹ ਚ ਕਰਪਸ਼ਨ ਦੇ ਅੱਡੇ ਬਣਾਏ ਹੋਏ ਆ ਤੇ ਉਹ ਚੱਲਣ ਨਹੀਂ ਦੇਣੇ 2 ਸਾਲ ਤੁਹਾਨੂੰ ਪੂਰਾ ਮੌਕਾ ਦਿੱਤਾ ਕੋਈ ਕਮੀ ਨਹੀਂ ਛੱਡੀ ਇਹ ਚਿੰਗਿਆਰੀ ਇਹ ਜੋਤ ਜਿਹੜੀ ਕਰਪਸ਼ਨ ਦੇ ਉਲਟ ਇਹ ਲੁਧਿਆਣੇ ਚ ਸ਼ੁਰੂ ਹੋਈ ਆ ਇਹ ਸਾਰੇ ਪੰਜਾਬ ਚ ਜਾਏਗੀ ਇਹ ਕੱਲੀ ਕੱਲੀ ਗੱਲ ਸੈਸ਼ਨ 'ਚ ਵਿਧਾਨ ਸਭਾ 'ਚ ਸਾਡੇ ਪ੍ਰਧਾਨ ਨੇ ਰਾਜਾ ਬੜਿੰਕ ਸਾਹਿਬ ਚਾਹੇ ਸਾਡੇ ਸੀਐਲਪੀ ਲੀਡਰ ਨੇ ਬਾਜਵਾ ਸਾਹਿਬ ਉਹ ਕੱਲੀ ਕੱਲੀ ਗੱਲ ਸਰਕਾਰ ਦੇ ਮੂਰੇ ਰੱਖਣਗੇ ਵੀ ਕਿਸ ਤਰੀਕੇ ਨਾਲ ਧੱਕਾ ਕੀਤਾ ਅਫਸਰਾਂ ਨੇ ਅਸੀਂ ਜਿਹੜੀ ਐਫਆਈਆਰ ਦਰਜਾ ਉਹ ਕਰਾਉਣ ਨੂੰ ਵੀ ਉਹ ਦਿਨ ਕਹਾਂਗੇ ਵੀ ਇਹ ਕਟਰ ਕਿਹਨੇ ਭੇਜਿਆ ਇਹਦੇ ਪਿੱਛੇ ਕਿਹੜੇ ਐਮਐਲਏ ਤੇ ਜਾਂ ਕਮਿਸ਼ਨਰ ਤੇ ਐਫਆਈਆਰ ਦਰਜ ਹੋਵੇ ਇਹ ਵੀ ਕਵਾਂਗੇ ਤੇ ਅਸੀਂ ਐ ਠੋਕ ਵਜਾ ਕੇ ਬੈਂਡ ਵਾਜੀਆਂ ਨਾਲ ਯਾਰ ਲੋਕਾਂ ਦੇ ਪਿੱਛੇ ਜਾ ਰਹੇ ਆ ਠੋਕ ਬਜਾ ਕੇ ਜਿਹੜੀ ਆ ਉਹ ਆਪਣੀ ਗ੍ਰਿਫਤਾਰੀ ਦਵਾਂਗੇ ਤੇ ਜੀ ਸਦਕੇ ਜੇ ਇਹਨਾਂ ਦਾ ਠੰਡ ਪੈਂਦੀ ਆ ਮਾਨ ਸਰਕਾਰ ਦੇ ਕੇਜਰੀਵਾਲ ਦੇ ਜਿਹੜੇ ਕਿਉਂਕਿ ਦਿੱਲੀ ਤੋਂ ਹੁਕਮ ਆਉਂਦੇ ਆ ਤੇ ਉਹਨਾਂ ਦੇ ਭਾਈ ਜੇ ਕਾਲਜੇ ਚ ਠੰਡ ਪੈਂਦੀ ਆ ਤੇ ਜਿੰਨੇ ਗ੍ਰਿਫਤਾਰ ਕਰਨੇ ਆ ਸੀ ਸੈਂਕੜਿਆਂ ਦੀ ਗਿਣਤੀ ਚ ਖੜਾ ਹੋਵਾਂਗੇ ਕਰ ਲੈਣ ਪਰ ਲੋਕਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਗਰੰਟੀਆਂ ਐ ਜਿਹੜੀਆਂ ਦਿੱਤੀਆਂ ਹੋਈਆਂ ਉਹ ਪੂਰੀਆਂ ਕਰਨ ਤੇ ਹੋਰ ਇੱਕ ਇੱਕ ਗੱਲ ਹੋਰ ਚੁਟਕੀ ਨਾਲ ਇਹ ਚੁਟਕੀ ਨਾਲ ਜਿਹੜੀ ਕਹਿੰਦੀ ਸੀ ਮੰਤਰੀ ਵੀ ਭਾਈ 23 ਦੀਆਂ 23 ਫਸਲਾਂ ਚਾਹੇ ਕੋਈ ਹੋਵੇ ਕਣਕ ਝੋਨੇ ਤਾਂ ਗੱਲ ਹੀ ਛੱਡੋ ਚਾਹੇ ਕਪਾਹ ਹੋਵੇ ਚਾਹੇ ਦਾਲ ਹੋਵੇ ਚਾਹੇ ਕੇਲਾ ਸੰਤਰਾ ਹੋਵੇ ਕੁਝ ਹੋਵੇ ਅਸੀਂ ਇਹ ਸਭ ਐਮਐਮ ਜਦੋਂ ਮੰਡੀ ਚ ਆ ਗਈ ਤਾਂ ਇਹ ਸਾਡੀ ਤੇ ਅੱਜ ਉਹਦਾ ਜਵਾਬ ਕਾਉਣ ਦਊਗਾ ਹੁਣ ਹੁਣ ਤਾਂ ਲੜਾਈ ਚੱਲ ਰਹੀ ਆ ਐਮਐਸਪੀ ਦੀ ਕਿਉਂ ਨਹੀਂ ਦਿੰਦੇ ਹੁਣ ਤਾਂ ਸੈਸ਼ਨ ਆ ਗਿਆ ਬਜਟ ਸੈਸ਼ਨ ਕਰਨ ਅਨਾਉਂਸ ਜੇ ਸੱਚੇ ਨੇ ਕੰਨ ਅਨਾਉਂਸ ਤੇ ਇਹਦੀਆਂ 23 ਫਸਲਾਂ ਤੇ ਐਮ ਐਸ ਪੀ ਦੇਣ ਲੋਕਾਂ ਨੂੰ ਤੇ ਉਦੋਂ ਕਹਿੰਦੇ ਨਹੀਂ ਜੀ ਕਿਸੇ ਟੀਵੀ ਚੈਨਲ ਤੇ ਬੋਲਿਆ ਵੀ ਨਹੀਂ ਅਸੀਂ ਤਾਂ ਜਿਹੜਾ ਘੱਟ ਹੋ ਸਕਦਾ ਉਹ ਦੇ ਉਹ ਦੇ ਸਕਦੇ ਹਾਂ ਜੇ ਉਹਨੂੰ ਕੋਈ ਘਾਟਾ ਪੈਂਦਾ ਚਲੋ ਉਹ ਵੀ ਦੇ ਦਿਓ ਸਰ ਜਵਾਬ ਤਾਂ ਤੁਹਾਨੂੰ ਲੋਕਾਂ ਨੂੰ ਇਹ ਵੀ ਦੇਣਾ ਪੈਣਾ ਕਿ ਇੰਡੀਆ ਐਲਾਈਅੰਸ ਹੋ ਰਿਹਾ ਵੈ ਦੂਜੀ ਸਟੇਟਾਂ ਦੇ ਵਿੱਚ ਤੁਸੀਂ ਆਮ ਆਦੀ ਪਾਰਟੀ ਤੇ ਕਾਂਗਰਸ ਇਕੱਠੀ ਹੈ ਇਹ ਬਿਲਕੁਲ ਬਹੁਤ ਸੋਡਾ ਜਿਹੜਾ ਵਾਜਿਬ ਸਵਾਲ ਇਹਦਾ ਲੋਕਾਂ ਨੂੰ ਜਵਾਬ ਦੇਣਾ ਕਿਉਂਕਿ ਆਪੋਸ਼ਨ ਪਾਰਟੀਆਂ ਵੀ ਇਹ ਸਾਨੂੰ ਗੱਲ ਕਹਿ ਰਹੀਆਂ ਵੀ ਤੁਸੀਂ ਨਾਲ ਤਾਂ ਚੰਡੀਗੜ੍ਹ ਰਾਜਧਾਨੀਆ ਉੱਥੇ ਤੁਸੀਂ ਇਕੱਠੇ ਲੜ ਰਹੇ ਹੋ ਇਧਰ ਦੇ ਪਾਸੇ ਇੱਕ ਰੁੱਖ ਖੇਤਰ ਆ ਉੱਥੇ ਤੁਸੀਂ ਇਕੱਠੇ ਲੜ ਰਹੇ ਹੋ ਉਦੋਂ ਆ ਦਿੱਲੀ ਇਕੱਠੇ ਲੜ ਰਹੇ ਹੋ ਪਰ ਇਹ ਬਹੁਤ ਬਹੁਤ ਲੰਮਾ ਇਹਦੇ ਉੱਤੇ ਡਿਬੇਟ ਹੋਏ ਨੇ ਹਰ ਲੀਡਰਸ਼ਿਪ ਨੇ ਆਪਣੇ ਆਪਣੇ ਅਸੀਂ ਵਿਊ ਦਿੱਤੇ ਨੇ ਆਪਣੀ ਆਪਣੀ ਗੱਲ ਆ ਜਿਹੜੀ ਥੱਲੇ ਤੱਕ ਪਰ ਜੋ ਸਾਡੇ ਵਰਕਰ ਨੇ ਕਿਹਾ ਜਿਹੜੀ ਸੱਚੀ ਗੱਲ ਆ ਵਰਕਰ ਨੇ ਇਹ ਗੱਲ ਕਹੀ ਆ ਸਾਨੂੰ ਸੰਭ ਲੀਡਰ ਨੂੰ ਵੀ ਤੁਸੀਂ ਭਾਈ ਜੇ ਸਮਝੌਤਾ ਕਰੋਗੇ ਤਾਂ ਫਿਰ ਭਾਈ ਇਕੱਲੇ ਰਹਿ ਜਾਓਗੇ ਵਰਕਰ ਆ ਜਿਹੜਾ ਇਸ ਗੱਲ ਨਾਲ ਨਾਰਾਜ਼ ਹੈ ਕਿਉਂਕਿ ਇਹਨਾਂ ਨੇ ਥੱਲੇ ਤੰਗ ਵਰਕਰ ਨੂੰ ਕੀਤਾ ਲੀਡਰਾਂ ਨੂੰ ਵੀ ਕੀਤਾ ਆਸ਼ੂ ਸਾਡਾ ਸਭ ਤੋਂ ਪਹਿਲਾਂ 7 7 ਮਹੀਨੇ ਤਾਂ ਸਕੌਨਡ ਹੈ ਕਿ ਆ ਸਭ ਤੋਂ ਪਹਿਲਾਂ ਭਾਰਤ ਪੂਸ਼ਨ ਆਸ਼ੂ ਰਹਿ ਕੇ ਆਇਆ ਤੇ ਕਿਵੇਂ ਸਮਝੌਤਾ ਕਰੀਏ ਜਿਹੜੇ ਥੱਲੇ ਵਰਕਰ ਨੇ ਉਹਨਾਂ ਤੇ ਰੋਜ਼ ਪਰਚੇ ਹੋ ਰਿਹਾ ਰੋਜ਼ ਪੰਚਾਇਤਾਂ ਦੇ ਜਬਰਦਸਤੀ ਜਿਹੜੇ ਉਹਨਾਂ ਕਿਉਂਕਿ ਪੈਸਾ ਇੰਨਾ ਆਇਆ ਕਰੋੜਾਂ ਰੁਪਈਆ ਕਾਂਗਰਸ ਸਰਕਾਰ ਵੇਲੇ ਉਹਨਾਂ ਨੂੰ ਰੋਜ਼ ਤੰਗ ਕੀਤਾ ਜਾ ਰਿਹਾ ਉਹਨਾਂ ਦੇ ਵੈਂਡਰਾਂ ਨੂੰ ਜਿੱਥੋਂ ਪੈਸਾ ਲੈਂਦੇ ਸੀ ਐਂ ਕਾਰਪੋਰੇਸ਼ਨ ਦੇ ਵਿੱਚ ਤੰਗ ਕੀਤਾ ਜਾ ਰਿਹਾ ਵੀ ਕਿੱਥੋਂ ਤੁਸੀਂ ਇਹ ਕੰਮ ਕਰਵਾਇਆ ਕਿਵੇਂ ਤੁਸੀਂ ਕੰਮ ਕਰਾਇਆ ਭਾਈ ਸਾਡੇ ਕੋਲ ਤਰੀਕਾ ਸੀ ਅਸੀਂ ਕਰਾ ਲਿਆ ਪਰ ਜਿਹੜੀ ਤੁਸੀਂ ਸਮਝੌਤੇ ਵਾਲੀ ਗੱਲ ਕੀਤੀ ਆ ਵੀ ਉਹ ਵਰਕਰ ਨੇ ਸਾਡੇ ਨੇ ਬਿਲਕੁਲ ਕੋਰੀ ਨਾ ਕੀਤੀ ਆ ਵੀ ਤੁਸੀਂ ਭਾਈ ਇਸ ਗੱਲ 'ਚ ਆਪਣਾ ਨੁਕਸਾਨ ਕਰਾਉਣਾ ਤਾਂ ਤੁਸੀਂ ਇੱਕ ਸਮਝੌਤਾ ਕਰ ਲਓ ਤੇ ਜੋ ਉਹਨਾਂ ਨੇ ਕਿਹਾ ਫਿਰ ਪੰਜਾਬ ਦੇ ਵਿੱਚ ਇਹ ਡਿਸੀਜਨ ਲਿਆ ਉੱਥੇ ਕਾਂਗਰਸ ਪਾਰਟੀ ਨੇ ਹਰਿਆਣੇ 'ਚ ਕੀ ਹੁਕਮ ਆਪਸ ਵਿੱਚ ਹਾਈ ਕਮਾਂਡ ਨਾਲ ਗੱਲ ਕੀ ਹੋਈ ਚੰਡੀਗੜ੍ਹ ਤੇ ਕੀ ਹੋਈ ਸਰ ਇਹਦਾ ਮਤਲਬ ਕਿ ਪੰਜਾਬ ਦਾ ਜਾਂ ਕਾਂਗਰਸ ਦਾ ਵਰਕਰ ਹੈਗਾ ਉਹਦੀ ਆਵਾਜ਼ ਹਾਈ ਕਮਾਂਡ ਤੱਕ ਨਹੀਂ ਪਹੁੰਚੀ ਤੁਸੀਂ ਲੀਡਰਾਂ ਨੇ ਪੰਚਾਈ ਨਹੀਂ ਜੇਕਰ ਪਹੁੰਚੀ ਹੁੰਦੀ ਤਾਂ ਫਿਰ ਕੀ ਅਲਾਈਅੰਸ ਹੁੰਦਾ ਨਹੀਂ ਨਹੀਂ ਉਹ ਉਹੀ ਆਵਾਜ਼ ਤਾਂ ਪਹੁੰਚੀ ਤਾਂ ਹੀ ਤਾਂ ਅਲਾਈਅੰਸ ਉਰੇ ਹੋਇਆ ਨਹੀਂ ਕੰਜਾ ਆਪਦੇ ਵਿੱਚ ਹਰਿਆਣੇ ਦੇ ਵਰਕਰ ਨੇ ਕੀ ਕੀਆ ਦਿੱਲੀ ਦੇ ਨੇ ਕੀ ਕੀਆ ਉਹ ਤਾਂ ਇਹਦਾ ਮਤਲਬ ਉਹਨਾਂ ਨੇ ਕਿਹਾ ਐਲਾਇੰਸ ਕਰ ਲਓ ਤਾਂ ਹੀ ਹੋਇਆ ਇੱਥੇ ਦੇ ਵਰਕਰ ਨੇ ਤਾਂ ਆਵਾਜ਼ ਡੰਕੇ ਦੀ ਚੋਟ ਤੇ ਬਚਾਈ ਆ ਉਹਨਾਂ ਨੇ ਸਾਨੂੰ ਇਹ ਬੰਦੇ ਬਣਾ ਕੇ ਕਿਹਾ ਵੀ ਜੇ ਸਮਝੌਤਾ ਕਰ ਕਰਕੇ ਆਉਂਗੇ ਫਿਰ ਸਾਡੇ ਕੋਲ ਨਾ ਆਇਓ ਅਸੀਂ ਇਹ ਗੱਲ ਕਰ ਰਹੇ ਸੀ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਸੀ ਹਜੇ ਕਿਉਂਕਿ ਅਸੀਂ ਆਪੋਜੀਸ਼ਨ 'ਚ ਇਕੱਠੇ ਹੋ ਕੇ ਪਾਰਲੀਮੈਂਟ 'ਚ ਜਦੋਂ ਲੜਦੇ ਆ ਸਰਕਾਰ ਨਾਲ ਉੱਥੇ ਅਸੀਂ ਇੰਡੀਆ ਜਿਹੜਾ ਐਲਾਇੰਸ ਆ ਉਹ ਲੜਦਾ ਆ ਪਰ ਉਰੇ ਸਾਨੂੰ ਕਲੀਅਰ ਵਾਰਨਿੰਗ ਦਿੱਤੀ ਸੀ ਵਰਕਰ ਨੇ ਵੀ ਭਾਈ ਜੇ ਅਲਾਈਅንስ ਕਰੋਗੇ ਤਾਂ ਫਿਰ ਵਰਕਰ ਆਪਣੇ ਘਰੇ ਵਹਿ ਜਾਊਗਾ ਚਲੋ ਵਰਕਰ ਦੀ ਤੁਸੀਂ ਗੱਲ ਕਰ ਰਹੇ ਹੋ ਅੱਜ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਭਾਜਪਾ ਸ਼ਨਾਸ਼ੂ ਵਰਕਰਾਂ ਉੱਤੇ ਬੜੇ ਭੜਕੇ ਨੇ ਨਹੀਂ 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 ਉਹ ਤਾਂ ਉਹ ਤਾਂ ਸਾਡੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਏ ਉਹ ਅੱਜਕੱਲ੍ਹ ਕਈ ਵਾਰ ਕੀ ਆ ਵੀ ਉਹ ਮੀਡੀਆ ਦੇ ਵਿੱਚ ਹਰ ਇੱਕ ਗੱਲ ਚੱਲੀ ਜਾਂਦੀ ਹੈ ਦੇਖੋ ਅਸੀਂ ਸਟਰੀਮ ਲਾਈਨ ਪਾਰਟੀ ਨੂੰ ਕਰਨਾ ਹੈ ਨਾ ਕਰਨਾ ਕਿ ਨਹੀਂ ਇਹ ਕੋਈ ਆਮ ਆਦਮੀ ਵਾਲੀ ਪਾਰਟੀ ਤਾਂ ਹੈ ਨਹੀਂਗੀ ਵੀ ਇੱਥੇ ਕੋਈ ਤਮਾਸ਼ੇ ਚੱਲੀ ਜਾਣ ਉਹਨਾਂ ਨੇ ਕਿਹਾ ਵੀ ਇੰਨਾ ਵੱਡੇ ਲੋਕਾਂ ਤੇ ਪਰਚੇ ਹੋ ਗਏ ਕੇਸ ਹੋ ਗਏ ਇਹਦੇ ਵਿੱਚ 60 ਬੰਦੇ ਨੇ ਤੇ ਉਹ ਆਪਣੀ ਜੇ ਗੱਲ ਕਰ ਰਹੇ ਆ ਤੇ ਤੁਸੀਂ ਜਿਹੜਾ ਆਪਣਾ ਧਿਆਨ ਆ ਉਹ ਡਿਵਰਟ ਨਾ ਕਰੋ ਗੱਲਾਂ 'ਚ ਨਾ ਮਾਰੋ ਕਿਉਂਕਿ ਗੱਲਾਂ ਤਾਂ ਪਰੋਜ਼ ਕਰਨੀਆਂ ਪੂਰੇ ਜੇ ਕੋਈ ਸੀਨੀਅਰ ਲੀਡਰ ਜਿਵੇਂ 크੍ਰਿਸ਼ਨ ਕੁਮਾਰ ਬਾਬਾ ਜੀ ਸੀ ਉਹ ਆਪਣੀ ਕਾਂਗਰਸ ਬਾਰੇ ਇਤਿਹਾਸ ਦੱਸ ਰਹੇ ਸੀ ਕਿ ਕਿਸ-ਕਿਸ ਤਰੀਕਾ ਜੋ ਪਾਰਟੀਆਂ ਵੀ ਇਸ ਚੀਜ਼ ਦਾ ਫਾਇਦਾ ਲਓ ਉਹਨਾਂ ਨੇ ਇਹ ਕਿਹਾ ਵੀ ਇਸ ਚੀਜ਼ ਦਾ ਲਾਹਾ ਲੋ ਸੁਣੋ ਤੇ ਤੁਸੀਂ ਜਾ ਕੇ ਫਿਰ ਜੇ ਉਰੇ ਸੁਣੋਗੇ ਨਹੀਂ ਫਿਰ ਭਾਸ਼ਣ ਕੀ ਬਾਹਰ ਆਪਾਂ ਲੋਕਾਂ ਨੂੰ ਕੀ ਦਵਾਂਗੇ ਤੇ ਇਹ ਗੱਲ ਉਹਨਾਂ ਨੇ ਕਹੀ ਵੀ ਮੈਂ ਇਨ ਡਿਸਪਲਾਈਨ ਨਹੀਂ ਅੱਜ ਤੁਸੀਂ ਜਿਹੜਾ ਅਗਲੀ ਮੀਟਿੰਗ ਚ ਮੈਂ ਅੱਜ ਤੁਹਾਨੂੰ ਇਹ ਕਹਿ ਕੇ ਚੱਲੇ ਆਂ ਵੀ ਜੇ ਅਗਲੀ ਮੀਟਿੰਗ ਤੁਸੀਂ ਡਿਸਪਲਾਈਨ ਨਹੀਂ ਰੱਖੋਗੇ ਤਾਂ ਮੈਂ ਤੁਹਾਡਾ ਨਾਰਾਜ਼ ਹਾਂ ਉਹਨਾਂ ਨੇ ਇਹ 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 ਪਾਰਟੀ ਦੇ ਤੇ ਵਰਕਰਾਂ ਨੂੰ ਅਗਲੀ ਮੀਟਿੰਗ ਆ ਜਿਹੜੀ ਉਹ ਸਾਨੂੰ ਨਹੀਂ ਲੱਗਦਾ ਕਿ ਐਦਾਂ 扑ੜਕਣਾ ਕਿਤਨੇ ਕਿਤੇ ਜਿਹੜਾ ਵਰਕਰ ਹੈਗਾ ਵਾ ਉਹ ਕੁਝ ਹੋਰ ਵੀ ਤਰੀਕੇ ਨਾਲ ਲੈ ਸਾਡਾ ਵਰਕਰ ਆ ਉਹ ਸਾਡਾ ਰਿਸ਼ਤਾ ਇਹ ਸਾਨੂੰ ਬਣਾਉਣ ਵਾਲੇ ਉਹ ਨੇ ਜੀ ਸਾਡੇ ਤੇ ਵਿਸ਼ਵਾਸ ਕਰਦਾ ਵਰਕਰ ਤਾਂ ਹੀ ਸਾਨੂੰ ਕੁਝ ਬਣਾਉਂਦਾ ਨਾ ਤੇ ਇਹ ਜੀਆਂ ਗੱਲਾਂ ਤਾਂ ਸਾਡੀਆਂ ਰੋਜ਼ ਹੁੰਦੀਆਂ ਅੰਦਰ ਇਹ ਕਈ ਕਲਿੱਪ ਨੇ ਜਿਹੜੇ ਵੀਡੀਆ ਮੀਡੀਆ ਚਲੇ ਜਾਂਦੇ ਆ ਇੱਕ ਦੂਜੇ ਨੂੰ ਘਰ ਚ ਵੀ ਆਪਣੇ ਬਜ਼ੁਰਗ ਨੇ ਜਿਹੜੇ ਵੱਡੇ ਨੇ ਉਹ ਸਮਝਾਉਂਦੇ ਆ ਕਿ ਨਹੀਂ ਬੱਚੇ ਨੂੰ ਜਾਂ ਆਪਣੇ ਪਰਿਵਾਰ ਨੂੰ ਇਸੇ ਤਰੀਕੇ ਨਾਲ ਇਹ ਮੀਟਿੰਗਾਂ ਰੱਖੀਆਂ ਇਸ ਕਰਕੇ ਜਾਂਦੀਆਂ ਐ ਵੀ ਕੋਈ ਕਮੀ ਨਾ ਰਹੇ ਕੋਈ ਸਟਰੀਮ ਲਾਈਨ ਕਰੀਏ ਤੇ ਉਸ ਸ਼ਕਤੀ ਨਾਲ ਕਈ ਟੀਚਰ ਜਿਹੜੇ ਨੇ ਉਹ ਪਿਆਰ ਨਾਲ ਗੱਲਾਂ ਕਰਦੇ ਆ ਕਈ ਟੀਚਰ ਨੇ ਜਿਹੜੇ ਉਹ ਸ਼ਕਤੀ ਨਾਲ ਕਰਦੇ ਆ ਇਸ ਕਰਕੇ ਇਹ ਗੱਲਾਂ ਨੂੰ ਤੇ ਨਾਲੇ ਅਸੀਂ ਕਿਸੇ ਨੂੰ ਕਹਿ ਰਹੇ ਆ ਜੇ ਜਿਹਨੂੰ ਅਸੀਂ ਕਹਿ ਰਹੇ ਆ ਜਾਂ ਤਾਂ ਉਹ ਉਹ ਕਹੇ ਵੀ ਭਾਈ ਤੁਸੀਂ ਗਲਤ ਕਹਿ ਰਹੇ ਹੋ ਉਹ ਤਾਂ ਤਾੜੀਆਂ ਮਾਰ ਰਿਹਾ ਖੁਸ਼ ਹੋ ਰਿਹਾ ਵੀ ਯਾਰ ਹਾਂ ਸਾਨੂੰ ਸਟ੍ਰੀਮ ਲਾਈਨ ਹੋਣਾ ਚਾਹੀਦਾ ਤਾਂ ਹੀ ਅਸੀਂ ਦੁਬਾਰਾ ਸਰਕਾਰ ਚਾਹਾਂਗੇ ਉਹ ਤਾਂ ਉਸ ਗੱਲ ਤੋਂ ਖੁਸ਼ ਹੋ ਕੇ ਹਾਂ ਉਹਨਾਂ ਨੇ ਕਿਹਾ ਵੀ ਅਗਲੀ ਮੀਟਿੰਗ ਭਾਈ ਤਦ ਕਰਾਂਗੇ ਜਦੋਂ ਤੁਸੀਂ ਇਹ ਫੈਸਲਾ ਕਰਕੇ ਆਉਂਗੇ ਵੀ ਨਹੀਂ ਇਕੱਲੇ ਇਕੱਲੇ ਬੰਦੇ ਦੀ ਉਹਨਾਂ ਨੇ ਆਪਣੀ ਗੱਲ ਲਈ ਥੋੜੀ ਕਿਹਾ ਉਹਨਾਂ ਨੇ ਕਿਹਾ ਵੀ ਜਦੋਂ ਵੀ ਕੋਈ ਵਰਕਰ ਹੀ ਬੋਲ ਰਿਹਾ ਤੇ ਤੁਸੀਂ ਉਹਦੀ ਗੱਲ ਸੁਣਨੀ ਆ ਉਹਦਾ ਇੱਜ਼ਤ ਮਾਨ ਕਰਨਾ ਉਹ ਬੋਲ ਰਿਹਾ ਜੇ ਉਹ ਬੋਲ ਰਿਹਾ ਤੇ ਮੈਂ ਇਧਰ ਨੂੰ ਮੂੰਹ ਕਰਕੇ ਚਾਹ ਕੌਫੀ ਪੀ ਜਾਨਾ ਖਾਈ ਜਾਨਾ ਤੇ ਉਹਨੂੰ ਵਿਚਾਰੇ ਨੂੰ ਬੁਰਾ ਲੱਗਦਾ ਏ ਇਹ ਗੱਲ ਉਹਨਾਂ ਨੇ ਇਤਰਾਜ਼ ਬਿਲਕੁਲ ਜ਼ਾਹਿਰ ਕੀਤਾ ਤੇ ਆਸ਼ੂ ਜੀ ਦੀ ਕੋਈ ਨਵੀਂ ਗੱਲ ਏ ਕੋਈ ਨਵੀਂ ਗੱਲ ਆ ਮੈਨੂੰ ਦੱਸੋ ਆਸ਼ੂ ਜੀ ਹਮੇਸ਼ਾ ਹੀ ਤੁਸੀਂ ਜਿਹੜੇ ਉਹ ਕੈਮਰਿਆਂ 'ਚ ਤੁਸੀਂ ਸਾਰੇ ਜਾਣਦੇ ਹੋ 10 15 ਸਾਲ ਤੋਂ ਵੀ ਉਹ ਹਮੇਸ਼ਾ ਬੇਬਾਕ ਆਪਣੀ ਗੱਲ ਕਹਿੰਦੇ ਆ ਮੀਡੀਆ ਚੱਲੇ ਨਾ ਚੱਲੇ ਜੇ ਜੇ ਉਹਨਾਂ ਨੂੰ ਇਹ ਗੱਲ ਦਾ ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਇਹ ਮੀਡੀਆ ਚ ਕਿਵੇਂ ਚਲਣੀਆਂ ਗੱਲਾਂ ਤੇ ਉਹ ਨਾ ਕਰਨ ਪਰ ਉਹ ਨੁਕਸਾਨ ਪਾਰਟੀ ਦਾ ਥੋੜੀ ਕਰਨਾ ਹੈ ਉਹਨਾਂ ਨੇ ਨਾ ਕਰਕੇ ਗੱਲਾਂ ਤੇ ਕਿਤੇ ਤਾਂ ਜਦੋਂ ਇਕੱਠੇ ਹੋਵੇਂ ਕਰਨੀਆਂ ਹੀ ਆ ਉਹ ਮੀਡੀਆ ਜਿਵੇਂ ਮਰਜ਼ੀ ਚਲਾਈ ਜਾਵੇ ਕਈ ਵਾਰ ਆਪੋਜੀਸ਼ਨ ਵਾਲਿਆਂ ਨੇ ਉਹਨੂੰ ਹੋਰ ਤਰੀਕੇ ਨਾਲ ਚੜਾਉਣਾ ਪਰ ਸਾਡੇ ਲਈ ਉਹ ਗਾਲਾਂ ਨਹੀਂ ਗੀਆਂ ਸਾਡੇ ਲਈ ਉਹ ਕਿਉਂ ਦੀਆਂ ਲਾਲਾਂ ਨੇ ਚਲੋ ਇੱਕ ਜਾਂਦੇ ਆਂਦੇ ਆ ਆਖਰੀ ਸਵਾਲ 5 ਤਰੀਕ ਦਾ ਐਡੀਟੇਸ਼ਨ ਗ੍ਰਫਤਾਰੀਆਂ ਹੋਣਗੀਆਂ ਐ ਮੈਂ ਕਿਹਾ ਛਾਤੀ ਚੌੜੀ ਕਰਕੇ ਮੈਡਲ ਲਾ ਕੇ ਜਾਣਗੇ ਤੇ ਸਭ ਤੋਂ ਗ੍ਰਫਤਾਰੀ ਪਹਿਲੀ ਅਸੀਂ ਦਵਾਂਗੇ ਵਰਕਰ ਦੀ ਨਹੀਂ ਵਰਕਰ ਨੂੰ ਪਿੱਛੇ ਰੱਖ ਕੇ ਗ੍ਰਫਤਾਰੀ ਠੋਕ ਮਜਾ ਕੇ ਦਵਾਂਗੇ ਇਹ ਤਾਂ ਚਾ ਚੜ ਜਾਂਦਾ ਹੈ ਵੀ ਲੋਕਾਂ ਲਈ ਭਾਈ ਜੇ ਲੋਕਾਂ ਲਈ ਜੇਲ੍ਹ ਜਾਣਾ ਤੇ ਹੋਰ ਹੋਰ ਭਗਤ ਸਿੰਘ ਹੁਣਾਂ ਨੇ ਰਾਜਗੁਰੂ ਸਖਦੇਵ ਨੇ ਕੀ ਸਿਖਾਇਆ ਹੈ ਹੋਰ ਸਾਡੇ ਗੁਰੂਆਂ ਪੀਰਾਂ ਨੇ ਕੀ ਸਿਖਾਇਆ ਹੈ ਵੀ ਨਾ ਸਭ ਤੋਂ ਅੱਗੇ ਕੌਣ ਹੋਣਗੇ ਸਭ ਤੋਂ ਅੱਗੇ ਸਭ ਤੋਂ ਸੀਨੀਅਰ ਲੀਡਰ ਜਿਹੜੇ ਵੀ ਸਾਡੇ ਸੀਨੀਅਰ ਲੀਡਰ ਨੇ ਅੱਜ ਇਹ ਗੱਲ ਕਹੀ ਮੈਨੂੰ ਬੜਾ ਮਾਣ ਆ ਇਸ ਗੱਲ ਤੇ ਜਿੰਨੇ ਵੀ ਸਾਡੇ ਚਾਹੇ ਦਾਖਾ ਜੀ ਸੀ ਚਾਹੇ ਸਾਡੇ ਲੰਪਰਾ ਸਾਹਿਬ ਸੀ ਚਾਹੇ ਸਾਡੇ ਬਾਵਾ ਜੀ ਸੀ ਚਾਹੇ ਸਾਡੇ ਜੋਸ਼ੀ ਜੀ ਸੀ ਜਿੰਨੇ ਵੀ ਸੀਨੀਅਰ ਲੀਡਰ ਨੇ ਉਹਨਾਂ ਨੇ ਕਿਹਾ ਉਦੋਂ ਬਾਅਦ ਦੇਖ ਲੋ ਪਾਂਡੇ ਸਾਹਿਬ ਹੁਣੀ ਉਦੋਂ ਬਾਅਦ ਡਾਵਰ ਸਾਹਿਬ ਹੁਣੀ ਇਹਨਾਂ ਦੀ ਲਾਈਨ ਆ ਜਾਂਦੀ ਆ ਸਾਡੀ ਤਾਂ ਲਾਈਨ ਪਿੱਛੇ ਆ ਹਜੇ ਪਰ ਅਸੀਂ ਗ੍ਰਿਫਤਾਰੀ ਸਭ ਤੋਂ ਪਹਿਲਾਂ ਦਵਾਂਗੇ ਉਹਨਾਂ ਨੂੰ ਵੀ ਕਿਹਾ ਉਹ ਪਰ ਅਜੇ ਇਸੇ ਗਲਤੀ ਬਹੁਤ ਬਹਿਸ ਹੁੰਦੀ ਰਹੀ ਆ ਵੀ ਉਹ ਕਹਿੰਦੇ ਨਹੀਂ ਅਸੀਂ ਗ੍ਰਿਫਤਾਰੀ ਪਹਿਲੀ ਦੇਣੀ ਆ ਪਰ ਅਸੀਂ ਕਿ ਅਸੀਂ ਦਵਾਂਗੇ ਪਹਿਲਾਂ ਸਾਰੇ ਇਹਨਾਂ ਨੂੰ ਗ੍ਰਿਫਤਾਰੀ ਪਰ ਇਹ ਪਾਰਟੀਆਂ ਆ ਯਾਰ ਮੈਂ ਤੁਹਾਨੂੰ ਦੱਸਿਆ ਵੀ ਬੰਬਾਂ ਗੋਲਿਆਂ ਤੋਂ ਨਹੀਂ ਇਹਨਾਂ ਦੀ ਪੀੜੀਆਂ ਅੱਡ ਰੀਆਂ ਇਹ ਖੂਨ ਆ ਸਾਡੇ ਬਾਪਦਾਦਿਆਂ ਦਾ ਤੇ ਇਹ ਜਿੰਨਾ ਇਹ ਕਰਨਗੇ ਉਨਾ ਹੀ ਅਸੀਂ ਤਿੱਖੇ ਹੋ ਕੇ ਲੋਕਾਂ ਦੇ ਠੋਕ ਬਜਾ ਕੇ ਗੱਲ ਆ ਜਿਹੜੀ ਉਹ ਕਰਦੇ ਆ